ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਵਰਲਡ ਹਿਸਟਰੀ ਬਾਰੇ ਕਿ ਅੱਜ ਕੀ ਹੈ। 1636 ਦੇ ਵਿੱਚ ਹਾਰਵਰਡ ਯੂਨੀਵਰਸਿਟੀ ਜਿਹੜੀ ਕੈਂਬਰਿਜ ਮੈਸਾਚੂਸੈਟਸ ਸਟੇਟ 'ਚ ਹੈ, ਇਸ ਦੀ ਨੀਂਹ ਰੱਖੀ ਗਈ। 1886 'ਚ ਨਿਊਯਾਰਕ ਸਟੈਚੂ ਆਫ ਲਿਬਰਟੀ, ਜਿਹਨੂੰ ਦੇਖਣ ਦੇ ਲਈ ਹਜ਼ਾਰਾਂ ਲੋਕ ਹਰ ਹਫ਼ਤੇ ਆਉਂਦੇ ਨੇ, ਉਸ ਨੂੰ ਡੈਡੀਕੇਟ ਕੀਤਾ ਪ੍ਰੈਜ਼ੀਡੈਂਟ ਕਲੀਵਲੈਂਡ ਨੇ ਨੇਸ਼ਨ ਦੇ ਨਾਂ। ਇਸ ਸਟੈਚੂ ਆਫ ਲਿਬਰਟੀ ਦਾ ਭਾਰ ਜਿਹੜਾ ਉਹ 225 ਟਨ ਹੈ ਅਤੇ 152 ਫੁੱਟ ਇਹ ਬੁੱਤ ਉੱਚਾ ਹੈ। 1904 'ਚ ਪਹਿਲੀ ਵਾਰ ਸੇਂਟ ਲੂਇਸ ਦੇ ਵਿੱਚ ਫਿੰਗਰ ਪ੍ਰਿੰਟਿੰਗ ਸ਼ੁਰੂ ਹੋਈ। ਈਸਟਮੈਨ ਕਲਰ, ਇਹ ਫੋਟੋਗ੍ਰਾਫੀ, ਰੰਗੀਨ ਫੋਟੋਗ੍ਰਾਫੀ, ਮਿਸਟਰ ਈਸਟਮੈਨ ਨੇ 1914 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ। 1922 'ਚ ਮਸੋਲਨੀ ਨੇ ਇਟਲੀ ਦਾ ਜਿਹੜਾ ਰਾਜ ਪ੍ਰਬੰਧ ਸੀ ਉਸ ਦੇ ਉੱਤੇ ਪੂਰਾ ਕੰਟਰੋਲ ਕੀਤਾ। 1962 ਦੇ ਵਿੱਚ ਖਰੁਸ਼ਚਫ ਨੇ, ਕਿਉਂਕਿ ਕਿਊਬਾ ਮਿਸਲ ਕ੍ਰਾਈਸਿਸ ਸੀ, ਅਮਰੀਕਾ ਔਰ ਸੋਵੀਅਤ ਯੂਨੀਅਨ ਦੇ ਵਿਚਾਲੇ, ਔਰ USSR ਦੇ ਪ੍ਰੈਜ਼ੀਡੈਂਟ ਖਰੁਸ਼ਚਫ ਨੇ ਐਲਾਨ ਕੀਤਾ ਕਿ ਉਹ ਵਿਦਡਰਾ ਕਰ ਰਹੇ ਨੇ ਮਿਸਾਈਲਾਂ ਕਿਊਬਾ ਤੋਂ। ਸੋ ਇਹ ਵਰਲਡ ਹਿਸਟਰੀ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਨਿਊਯਾਰਕ ਟਾਈਮਸ ਨੇ ਕਿਹਾ ਹੈ ਕਿ ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਲਈ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਹੁਣ ਕਿਉਂਕਿ ਨਰਿੰਦਰ ਮੋਦੀ ਨੂੰ ਸੀਰੀਅਸ ਕੈਂਡੀਡੇਟ ਦੇ ਤੌਰ 'ਤੇ ਜਿਹੜਾ ਪੱਛਮੀ ਜਗਤ ਵੀ ਇਹ ਦੇਖਣ ਲੱਗਿਆ। ਅੱਜ ਮੈਂ ਜਦੋਂ ਟੈਕਸੀ 'ਚ ਆ ਰਿਹਾ ਸੀ ਸਟੇਸ਼ਨ ਤੋਂ ਸਟੂਡੀਓ ਵੱਲ, ਅਤੇ ਬੰਗਲਾਦੇਸ਼ੀ ਡਰਾਈਵਰ ਸੀ, ਉਹਨੇ ਵੀ ਇਹ ਸਵਾਲ ਪੁੱਛਿਆ। ਉਹਨੇ ਕਿਹਾ ਕਿ ਵੀ ਨਰਿੰਦਰ ਮੋਦੀ ਬਣੇਗਾ ਪ੍ਰਾਈਮ ਮਿਨਿਸਟਰ, ਜੇ ਬਣਿਆ ਤਾਂ ਕੀ ਹੋਏਗਾ? ਕਿਉਂਕਿ ਹਰ ਕੋਈ ਜਿਹੜਾ ਬੰਦਾ ਉਸ ਖਿੱਤੇ ਦੇ ਨਾਲ ਸੰਬੰਧਿਤ ਹੈ ਜਾਂ ਦੁਨੀਆ 'ਚ ਜਿਹੜੇ ਇੱਥੇ ਬੈਠੇ ਵੀ ਗੰਭੀਰ ਚਿੰਤਕ ਨੇ, ਉਹ ਸੋਚਦੇ ਨੇ। ਔਰ ਅਸੀਂ ਤਾਂ ਹਮੇਸ਼ਾ ਹੀ ਇਹ ਕਿਹਾ ਕਿ ਹਿਟਲਰ ਜਿਹੜਾ ਹੈ ਇਨ ਦਾ ਮੇਕਿੰਗ ਹੈ, ਹਿਟਲਰ ਦਾ ਦੁਬਾਰਾ ਜਨਮ ਹੋਇਆ। ਔਰ ਜੇ ਇਸ ਗੱਲ ਨੂੰ ਨਾ ਸਮਝਿਆ ਤਾਂ ਜੋ ਹਾਲਾਤ ਹਿਟਲਰ ਦੇ ਟੇਕ ਓਵਰ ਕਰਨ ਤੋਂ ਪਹਿਲਾਂ ਸੀ, ਫਿਰ ਹਿਟਲਰ ਨੇ ਕਿਵੇਂ ਨਾਜ਼ੀ ਪਾਰਟੀ ਰਾਹੀਂ ਪੂਰਾ ਜਪਸੀਆਂ ਦਾ, ਯਹੂਦੀਆਂ ਦਾ ਔਰ ਕਾਂਡ ਕੀਤਾ, ਕਿਵੇਂ ਸੈਕਿੰਡ ਵਰਲਡ ਵਾਰ 'ਚ ਦੁਨੀਆ ਨੂੰ ਪੁਸ਼ ਕੀਤਾ। ਸੋ ਨਿਊਯਾਰਕ ਟਾਈਮਸ ਨੇ ਵੀ ਆਲਮੋਸਟ ਪੋਲਾਈਟ ਸ਼ਬਦਾਂ ਦੇ ਵਿੱਚ ਜਿਹੜਾ ਇਸ ਕਿਸਮ ਦੀ ਲਾਈਨ ਉਹਨਾਂ ਨੇ ਲਈ ਹੈ ਕਿ ਆਲਰੇਡੀ ਉਸਨੇ ਉਹਦਾ 2002 ਦਾ ਟਰੈਕ ਰੈਕਡ ਮਾੜਾ ਹੈ, ਉਹਨੇ ਕੀ ਕੀਤਾ। ਦੂਸਰੀ ਗੱਲ, ਕਿਉਂਕਿ ਹਿੰਦੁਸਤਾਨ 'ਚ ਉਹਨਾਂ ਨੇ ਕਿਹਾ ਵੀ 145 ਮਿਲੀਅਨ ਦੇ ਲਗਭਗ ਮੁਸਲਮਾਨ ਨੇ, ਔਰ ਦੂਸਰੀਆਂ ਘੱਟ ਗਿਣਤੀਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਇਸ ਦੇ ਨਾਲ ਉਹ ਵੀ ਖਤਰਾ ਮਹਿਸੂਸ ਕਰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਈਵਨ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਨੇ, ਜਿਵੇਂ ਬਿਹਾਰ ਦੀ ਨਿਤੀਸ਼ ਕੁਮਾਰ ਦੀ ਪਾਰਟੀ ਦਾ ਜ਼ਿਕਰ ਕੀਤਾ, ਜਨਤਾ ਦਲ ਜਿਹੜਾ ਉਸ ਦਾ ਵੀ, ਉਹ ਵੀ ਉਹਦਾ ਸਾਥ ਛੱਡ ਗਏ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਘੱਟ ਗਿਣਤੀਆਂ ਲਈ ਔਰ ਮੁਸਲਮਾਨਾਂ ਲਈ ਬਹੁਤ ਮਾੜਾ ਹੋਏਗਾ। ਔਰ ਚੰਗੀ ਗੱਲ ਹੈ ਕਿ US ਦਾ ਕੌਂਸਲ ਜਨਰਲ ਕੋਈ ਗਿਆ ਹੋਇਆ ਇੰਡੀਆ, ਉਹਨੇ ਵੀ ਕੱਲ੍ਹ ਪਰਸੋਂ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਨਰਿੰਦਰ ਮੋਦੀ ਨੂੰ ਵੀਜ਼ਾ ਨਾ ਦੇਣ ਬਾਰੇ ਜਿਹੜੀ ਸਾਡੀ ਪੋਲਿਸੀ ਹੈ ਯੂਨਾਈਟਿਡ ਸਟੇਟਸ ਦੀ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋਈ। ਸੋ ਇਹ ਪੋਜ਼ਿਟਿਵ ਗੱਲ ਹੈ। ਜੀ ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ, ਜਿਹੜੇ ਮਹਾਨ ਸਾਡੇ ਫਿਲੋਸਫਰ ਨੇ, ਫਾਰਸੀ ਦੇ ਲਿਖਾਰੀ ਨੇ ਔਰ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਲਾਲ ਜੀ ਰੱਬ ਦੇ ਰੰਗ 'ਚ ਰੰਗੇ ਹੋਏ ਜੀ, ਇਸ ਨਾਂ ਨਾਲ ਹੀ ਉਹਨਾਂ ਨੂੰ ਸੰਬੋਧਨ ਕਰਦੇ ਸਨ। ਸੋ ਉਹਨਾਂ ਦੀ ਗਜ਼ਲ ਨੰਬਰ 21 ਹੈ ਔਰ ਫਾਰਸੀ ਦੇ ਉਹਦੇ ਸ਼ਬਦ ਨੇ, ਸਬਾ ਚੂੰ ਹਲਕਾ ਹਾਏ ਜ਼ੁਲਫੇ ਊਰਾ ਸਾਨਾ ਮੇ ਸਾਜ਼ਤ ਅਜ਼ਬ ਜੰਜੀਰ ਅਜ਼ ਬਹਿਰੇ ਦਿਲੇ ਦੀਵਾਨਾ ਮੇ ਸਾਜ਼ਤ ਨਾ ਦਾਨਿਸ਼ਤਮ ਮਨ ਅਜ਼ ਰੋਜ਼ੇ ਅਜ਼ਲ ਈ ਨਕਸ਼ੇ ਆਦਮਰਾ ਕੀ ਨਕਾਸ਼ ਅਜ ਬਰਾਏ ਮਾਦਨ ਖੁਦਾ ਖਾਨਾ ਮੇ ਸਾਜ਼ਦ ਦਿਲੇ ਆਸ਼ਕ ਬਾ ਅੰਦਕ ਫੁਰਸਤੇ ਮਾਸ਼ੂਕ ਸੇ ਗਰਦਦ ਸਰਾਪਾ ਜਾਂ ਸ਼ਵਦ ਹਰ ਕਸ ਬਾ ਜਾਨਾ ਮੇ ਸਾਜ਼ਦ ਬਰਾਏ ਗਿਰਦਾਏ ਨਾ ਗਿਰਦ ਹਰ ਦੂਨਾ ਚੇ ਮੇ ਗਰਦੀ ਤਮਾਮ ਦੀਚੀ ਕੇ ਆਦਮ ਚਾ ਅਸੀਰੇ ਦਾਨਾ ਮੇ ਸਾਜ਼ਦ। ਅਖੀਰਲਾ ਸ਼ੇਰ ਹੈ, ਮਗੋ ਅਜ਼ ਹਾਲੇ ਲੈਲਾ ਬਾ ਦਿਲ ਸੁਰੀਦਾ ਏ ਗੋਇਆ ਕੀ ਸ਼ਰਹ ਕਿ ਸਾਏ ਮਜਨੂੰ
ਮਰਾ ਦੀਵਾਨਾ ਮੇ ਸਾਜ਼ਤ। ਸੋ ਇਹਦੇ 'ਚ ਅਗੇਨ ਜਿਵੇਂ ਭਾਈ ਨੰਦ ਲਾਲ ਜੀ ਨੇ ਜਦੋਂ ਵੀ ਦਸਵੇਂ ਪਾਤਸ਼ਾਹ ਦੀ ਸ਼ਖਸੀਅਤ ਨੂੰ ਬਿਆਨਿਆ ਅਤੇ ਉਹਨਾਂ ਦੇ ਕੇਸਾਂ ਦੀ ਖੂਬਸੂਰਤੀ, ਜਿਸ ਦੇ ਲਈ ਜ਼ਾਹਰ ਹੈ ਸ਼ਬਦ ਜ਼ੁਲਫ ਇਸਤੇਮਾਲ ਹੁੰਦਾ, ਬੇਸ਼ੱਕ ਉਹਨਾਂ ਦੇ ਕੇਸ ਦਸਤਾਰ ਥੱਲੇ ਢੱਕੇ ਹੋਏ ਨੇ, ਪਰ ਭਾਈ ਨੰਦ ਲਾਲ ਇੱਕ ਜ਼ੁਲਫ ਦਾ ਮੈਟਾਫਰ ਇਸਤੇਮਾਲ ਕਰਕੇ, ਜਿਵੇਂ ਉਹਨਾਂ ਨੇ ਇੱਕ ਹੋਰ ਉਹਨਾਂ ਦੀ ਗਜ਼ਲ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆਪਣੇ ਪਿਆਰੇ ਦੇ ਇੱਕ ਕੇਸ ਤੋਂ ਮੈਂ ਦੋ ਜਹਾਨ ਕੁਰਬਾਨ ਕਰਦੇ ਹਾਂ। ਸੋ ਇਹ ਜਿਹੜੀ ਪਿਆਰ ਦੀ ਖੇਡ ਹੈ, ਆਪਣੇ ਸਾਜਨ ਦੇ ਨਾਲ ਮਿਲਣ ਦੀ ਗੱਲ ਹੈ, ਨਿਰੰਕਾਰ ਦੇ ਨਾਲ ਗੁਰੂ ਕਲਗੀਧਰ ਨਾਲ ਇਕਮਿਕਤਾ ਦੀ ਗੱਲ ਹੈ, ਉਹਦੇ 'ਚ ਭਾਈ ਸਾਹਿਬ ਨੇ ਜਿਹੜਾ ਜ਼ੁਲਫ ਜਾਂ ਕੇਸਾਂ ਦਾ ਅਲੰਕਾਰ ਬਹੁਤ ਜ਼ਿਆਦਾ ਵਰਤਿਆ। ਇਸ 'ਚ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਸਵੇਰ ਦੀ ਹਵਾ ਚੱਲਦੀ ਹੈ ਅਤੇ ਹਵਾ ਇਵੇਂ ਮੇਰੇ ਪਿਆਰੇ ਦੇ ਕੇਸਾਂ ਦੇ ਕੁੰਡਲ ਬਣਾਉਂਦੀ ਹੈ, ਜਿਵੇਂ ਉਹ ਕੰਘੀ ਕਰ ਰਹੀ ਹੋਏ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੁੰਡਲ ਹੈ ਕੇਸਾਂ ਦਾ, ਇਸ ਤੋਂ ਮੈਂ ਕੁਰਬਾਨ ਹੈ, ਕਿਉਂਕਿ ਰੱਬ ਨੇ ਹੀ, ਰੱਬ ਜਿਹੜਾ ਉਹ ਨਕਾਸ਼ ਹੈ ਜਿਹਨੇ ਹਿਊਮਨ ਬਾਡੀ ਨੂੰ ਆਪਣੇ ਰਹਿਣ ਦਾ ਥਾਂ ਬਣਾਇਆ, ਮਨ ਮੰਦਰ ਤਨ ਵੇਸ ਕਲੰਦਰ, ਮਨ ਦੇ ਵਿੱਚ ਉਹ ਵੱਸਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਤਾਂ ਹੁਣ ਜਦੋਂ ਆਪਣੇ ਪਿਆਰੇ ਵੱਲ ਦੇਖਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਮੈਨੂੰ ਉਹ ਪਿਆਰਾ ਗੁਰੂ ਕਲਗੀਧਰ ਨਜ਼ਰ ਆਉਂਦੇ ਨੇ, ਔਰ ਮੈਂ ਇਸ ਦਾ ਹੀ ਮੈਂ ਦੀਵਾਨਾ ਹੋ ਗਿਆ ਇਸ ਰੂਪ ਦਾ। ਔਰ ਫਿਰ ਉਹ ਕਹਿੰਦੇ ਨੇ ਕਿ ਵੀ ਮੈਂ ਉਹ ਲੋਕ ਜਿਹੜੇ ਕਿ ਨਾਨ ਦੀ ਗੁਲਾਈ, ਔਰ ਮੈਨੂੰ ਪਹਿਲੀ ਵਾਰ ਪਤਾ ਲੱਗਾ ਵੀ ਨਾਨ ਸ਼ਬਦ ਵੀ ਫਾਰਸੀ 'ਚੋਂ ਆਇਆ, ਹੁੰਦੀ ਤਾਂ ਹੁੰਦਾ ਜੀ ਤੰਦੂਰੀ ਰੋਟੀ ਹੈ ਕਿ ਨਾਨ ਹੈ। ਸੋ ਉਹਦੇ 'ਚ ਉਹਨਾਂ ਨੇ ਭਾਈ ਸਾਹਿਬ ਨੇ ਜਿਹੜਾ ਬਰਾਏ ਗਿਰਦਾਏ ਨਾਂ ਇਸ ਦਾ ਜ਼ਿਕਰ ਕੀਤਾ। ਔਰ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਮੈਂ ਹੁਣ ਕੀ ਹਾਲ ਦੱਸਾਂ ਲੈਲਾ ਦਾ, ਕਿਉਂਕਿ ਮੈਂ ਤਾਂ ਮਜਨੂੰ ਦੀ ਹਾਲਤ ਦੇਖ ਕੇ ਹੀ ਇੰਨਾ ਕੁ ਦੀਵਾਨਾ ਹੋ ਗਿਆ ਵੀ ਹੁਣ ਦੂਸਰੀ ਕਹਾਣੀ ਸੁਣਨ ਦਾ ਮੇਰੇ ਕੋਲ ਟਾਈਮ ਨਹੀਂ ਹੈ। ਸੋ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਦੇ, ਉਹ ਕਹਿੰਦੇ ਨੇ ਪੌਣ ਸੁਬਾ ਦੀ ਜਦੋਂ ਸੰਵਾਰੇ ਕੁੰਡਲ ਜ਼ੁਲਫਾਂ ਸੰਧਾ, ਦਿਲ ਦੀਵਾਨੇ ਲਈ ਉਹ ਮਾਨੋ ਘੜੇ ਅਨੋਖਾ ਫੰਦਾ, ਇਸ ਸਰੀਰ ਦੇ ਬਾਰੇ ਮੈਨੂੰ ਕਦੇ ਖਿਆਲ ਨਹੀਂ ਆਇਆ, ਚਿੱਤਰਹਾਰ ਨੇ ਆਪਣੀ ਖਾਤਰ ਮੰਦਰ ਖੂਬ ਬਣਾਇਆ, ਆਸ਼ਕ ਦਾ ਦਿਲ ਕੁਝ ਚਿਰ ਪਿੱਛੋਂ ਪ੍ਰੀਤਮ ਰੂਪ ਵਟਾਉਂਦਾ, ਸਿਰ ਪੈਰਾਂ ਤੱਕ ਪ੍ਰੀਤਮ ਥੀਂਦਾ, ਪ੍ਰੇਮ ਪੰਦ ਹੋ ਜਾਂਦਾ, ਟੁਕੜੇ ਖਾਤਰ ਜਣੇ ਖਣੇ ਦੇ ਛੱਡਦੇ ਚੱਕਰ ਲਾਣੇ, ਆਦਮ ਲੋਭੀ ਕੈਦ ਸੀ ਕੀਤਾ ਜ਼ੰਨਤ ਦੇ ਇੱਕ ਦਾਣੇ। ਇਹ ਐਡਮ ਔਰ ਈਵ ਦੀ ਕਹਾਣੀ ਵੱਲ ਇਸ਼ਾਰਾ ਅਤੇ ਫਾਈਨਲ ਸ਼ੇਅਰ ਹੈ। ਲੈਲਾ ਦੀ ਗੱਲ ਮਤ ਕੋਈ ਛੇੜੇ, ਪਰੇਸ਼ਾਨ ਹੈ ਗੋਇਆ, ਲੈਲਾ ਦੀ ਗੱਲ ਮਤ ਕੋਈ ਛੇੜੇ, ਪਰੇਸ਼ਾਨ ਹੈ ਗੋਇਆ, ਮਜਨੂੰ ਦੀ ਗੱਲ ਪਹਿਲੇ ਸੁਣ ਕੇ ਉਹ ਹੈ ਪਾਗਲ ਹੋਇਆ। ਕਿ ਮੈਨੂੰ ਤਾਂ ਇੱਕ ਕਹਾਣੀ ਨੇ ਹੀ ਪਾਗਲ ਕਰ ਦਿੱਤਾ ਅਤੇ ਮੈਂ ਹੁਣ ਦੂਸਰੀ ਕਹਾਣੀ ਸੁਣਨ ਦੇ ਸਮਰੱਥ ਨਹੀਂ ਹੈ, ਮੈਂ ਉਸਦੇ ਪ੍ਰੇਮ ਪਿਆਰ 'ਚ ਰੰਗਿਆ ਹੋਇਆ ਔਰ ਮੈਂ ਪਿਆਰੇ ਦਾ ਹੀ ਰੂਪ ਹੋ ਗਿਆ, ਜਿਵੇਂ ਕਿ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੇ ਰਹਾ ਨਾ ਮੂੰਹ, ਜਬ ਆਪਾ ਪਰ ਕਾ ਮਿੱਟ ਗਿਆ, ਜਤ ਦੇਖਾਂ ਤਤ ਤੂੰ। ਸੋ ਇਸ ਨੂੰ ਹੀ ਉਹਨੇ ਵਾਰਸ ਸ਼ਾਹ ਨੇ ਜਦੋਂ ਕਿਹਾ ਕਿ ਵੀ ਰਾਂਝਣ ਰਾਂਝਣ ਕੂਕਦੀ, ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਸੋ ਇਹ ਬੇਸ਼ੱਕ ਇਸ਼ਕ ਮਿਜ਼ਾਜ਼ੀ ਦੀ ਗੱਲ ਹੈ, ਪਰ ਇਸ਼ਕ ਹਕੀਕੀ 'ਚ ਭਾਈ ਨੰਦ ਲਾਲ ਆਪਣੇ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਦੇ ਦੀਦਾਰ ਦੇ ਵਿੱਚ ਉਹਨਾਂ ਦਾ ਹੀ ਰੂਪ ਹੋ ਜਾਂਦੇ ਨੇ। ਔਰ ਫਿਰ ਕਹਿੰਦੇ ਨੇ ਵੀ ਹੁਣ ਮੈਨੂੰ ਹੋਰ ਕੋਈ ਸੁਣਨ ਦੀ ਵੇਲ ਨਹੀਂ ਹੈ, ਮੈਂ ਉਸ ਪਿਆਰੇ ਦਾ ਹੀ ਜਿਹੜਾ ਉਹ ਹਿੱਸਾ ਬਣ ਚੁੱਕਾ, ਸਿਰ ਤੋਂ ਪੈਰਾਂ ਤੱਕ ਮੈਂ ਉਸ ਦੇ ਰੰਗ ਵਿੱਚ ਪਿਆਰ ਵਿੱਚ ਰੰਗਿਆ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ, ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ 'ਤੇ SOS@tv84.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ, ਤਦ ਤੱਕ ਲਈ ਮੈਨੂੰ ਅਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।